ਚੋਰਾਂ ਨੇ ਇੱਕ ਵਾਰ 'ਚ ਕੀਤੀ 5 ਥਾਵਾਂ ਤੇ ਚੋਰੀ। 4 ਦੁਕਾਨਾਂ ਤੋਂ ਇਲਾਵਾ ਵਿਆਹ ਵਾਲੇ ਘਰ 'ਚ ਵੀ ਕੀਤਾ ਹੱਥ ਸਾਫ। ਦੱਸਦੇ ਕਿ ਚੋਰਾਂ ਦਾ ਵੀ ਇੱਕ ਜਗ੍ਹਾ ਤੋਂ ਚੋਰੀ ਕਰਕੇ ਮਨ ਨਹੀਂ ਭਰਦਾ, ਸਗੋਂ ਇੱਕ ਵਾਰ ਦੇ ਵਿੱਚ ਕਈ ਥਾਵਾਂ ਤੋਂ ਚੋਰੀਆਂ ਕਰਦੇ ਨਜ਼ਰ ਆ ਰਹੇ ਨੇ। ਹਾਲ ਹੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਲਗਾਤਾਰ 5 ਥਾਵਾਂ ਤੇ ਚੋਰੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ 4 ਦੁਕਾਨਾਂ ਤੇ ਚੋਰੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਨੇ ਜਿੱਥੇ ਇੱਕ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ, ਤੇ ਉੱਥੋਂ ਇਹ ਸਾਰੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਪਿੰਡ ਦੀਆਂ 4 ਦੁਕਾਨਾਂ ਅਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੁਕਾਨਦਾਰ ਨੂੰ ਚੋਰੀ ਦਾ ਪਤਾ ਉਸ ਵਕਤ ਲੱਗਦਾ ਜਦੋਂ ਸਵੇਰੇ ਦੁਕਾਨ ਤੇ ਆਉਂਦਾ, ਤੇ ਚੋਰਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ 2 ਚੋਰ ਸਾਫ ਨਜ਼ਰ ਆ ਰਹੇ ਨੇ, ਜਿਨ੍ਹਾਂ ਵੱਲੋਂ ਕਟਰ ਦੀ ਮਦਦ ਨਾਲ ਦੁਕਾਨਾਂ ਦੇ ਸ਼ਟਰ ਤੋੜੇ ਜਾਂਦੇ ਨੇ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ, ਤੇ ਅੱਜ ਸਵੇਰੇ ਜਦ ਦੁਕਾਨ ਤੇ ਆਇਆ ਤਾਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀ। ਉਹਨਾਂ ਦੱਸਿਆ ਕਿ ਚੋਰ ਦੁਕਾਨਾਂ 'ਚ ਪਈ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ, ਤੇ ਨਾਲ ਹੀ ਉਹਨਾਂ ਨੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਇਸ ਤਰ੍ਹਾਂ ਚੋਰਾਂ ਵੱਲੋਂ ਇੱਕ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਘਰ ਦੇ ਵਿੱਚ ਨਕਦੀ ਅਤੇ ਹੋਰ ਕੀਮਤੀ ਸਮਾਨ ਇਹਨਾਂ ਵੱਲੋਂ ਚੋਰੀ ਕੀਤਾ ਗਿਆ। ਪੀੜਿਤ ਮਹਿਲਾ ਨੇ ਦੱਸਿਆ ਕਿ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਏ ਹੋਏ ਸੀ, ਤੇ ਜਦ ਵਾਪਸ ਆਏ ਤਾਂ ਘਰ ਦੇ ਵਿੱਚ ਇੱਕ ਘਾਰਾ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਘਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਹੈ, ਤੇ ਹੁਣ ਜਾਂਚ ਦੌਰਾਨ ਹੀ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ। ਰਾਤੀ ਚੋਰਾਂ ਨੇ ਸ਼ਟਰ ਵੱਢ ਕੇ ਪੈਸੇ ਉਸੇ ਗੱਲੇ ਸੀ, ਥੋੜੇ ਉਹ ਲੈ ਗਏ 1200-1300 ਰੁਪਈਆ, ਤੇ ਬਾਕੀ ਕੋਈ ਦਵਾਈਆਂ ਚੁੱਕ ਕੇ ਲੈ ਗਏ ਆ। ਮਤਲਬ ਸੁੱਕੇ ਦੁੱਧ ਦੇ ਡੱਬੇ ਲੈ ਗਏ ਆ, ਤੇਲ ਲੈ ਗਏ ਆ, ਚੌਨ ਪ੍ਰਾਸ਼ ਵਗੈਰਾ ਜੋ ਵੀ ਮੰਨ ਲਓ ਕਿ ਇਜੀਲੀ ਵਿਕ ਸਕਦਾ ਸਮਾਨ ਉਹ ਚੁੱਕ ਕੇ ਲੈ ਗਏ ਆ। ਹਾਂਜੀ, ਪੁਲਿਸ ਕੰਪਲੇਂਟ ਕੀਤੀ, ਸਾਹਿਬ ਜੀ ਆਏ ਸੀਗੇ ਤੇ ਉਹ ਲੈ ਗਏ ਹੈਗੇ ਇਨਕੁਆਇਰੀ ਕਰਕੇ। ਨੁਕਸਾਨ ਮੇਰੇ ਖਿਆਲ 15-20 ਹਜ਼ਾਰ ਦੇ ਤਕਰੀਬਨ ਦੇ। ਅੱਗੇ 5-6 ਦੁਕਾਨਾਂ ਹੈਗੀਆਂ, ਸੋਨੂੰ ਝਿੰਮ ਹੈ, ਚਮਨ ਲਾਲ ਝਿੰਮ ਹੈ, ਰਾਣਾ ਮੈਡੀਕਲ ਸਟੋਰ ਹੈ, ਪ੍ਰਾਇਮਰੀ ਸਕੂਲ ਮੈਮੋਵਾਲ ਦਾ ਹੈਗਾ ਜੀ, ਤੇ ਨਾਲ ਸਾਡੇ ਨਵੋਦਿਆ ਸਕੂਲ 'ਚ ਲੱਗੇ ਹੋਏ ਆ ਸਫਾਈ ਸੇਵਕ, ਉਹਨਾਂ ਦੀ ਕੋਠੀ ਨਾਲ ਹੀ ਆ, ਉਹਨਾਂ ਦੇ ਭਾਂਡੇ ਭੁੰਡੇ, ਹੋਰ ਕਾਫੀ ਨੁਕਸਾਨ ਕੋਠੀ 'ਚ ਕੀਤਾ ਉਹਨੇ ਤਾਲੇ ਬੰਦ। ਮੰਗ ਅਸੀਂ ਇਹੀ ਕਹਿੰਦੇ ਵੀ ਇਹ ਚੋਰੀਆਂ ਤੋਂ ਠੱਲ ਪਾਉਣੀ ਚਾਹੀਦੀ ਹੈ, ਜਿੰਨੀ ਇੱਥੇ ਗੁੰਡਾਗਰਦੀ ਨੌਜਵਾਨਾਂ ਨੇ ਕੀਤੀ ਹੋਈ ਹੈ, ਉਹ ਸਾਡੀ ਜਿਹੜਾ ਨੁਕਸਾਨ ਹੋਇਆ ਸਾਰਾ ਦੀ ਭਰਮਾਈ ਹੋਰ ਅੱਗੇ ਨਾਲੋਂ ਸੁਰੱਖਿਆ ਦਾ ਮਾਹੌਲ ਬਣਾਇਆ ਜਾਵੇ। ਕੋਈ ਸ਼ੱਕ ਕਿਸੇ ਦੇ ਜਿੰਨੇ ਵੀ ਆ ਚੋਰੀਆਂ ਹੋਈਆਂ ਸਾਰੀਆਂ ਕਟਰ ਦੇ ਨਾਲ ਕੱਟਿਆ ਗਿਆ? ਮੈਨੂੰ ਅਸੀਂ ਸੀਸੀ ਕੈਮਰੇ 'ਚ ਦੇਖਿਆ ਸੋਨੂੰ ਝਿੰਮਦੇ, ਉਹ ਹੱਥ ਦੇ ਨਾਲ ਕਟੇ ਕੱਟ ਰਹੇ, ਛੋਟਾ ਜਿਹਾ ਪਲਾਇਰ ਆ ਉਹਨਾਂ ਦੇ ਪਿੱਛੇ, ਯੈਲੋ ਰੰਗ ਦਾ ਉਹਨਾਂ ਦੇ ਗ੍ਰਿਪ ਲੱਗਾ ਹੋਇਆ, ਮੂੰਹ ਬੰਨੇ ਹੋਏ। ਕਿੰਨੇ ਜਣੇ? ਮੈਂ 2 ਜਣੇ ਦੇਖਿਆ ਜੀ, ਔਰ ਮੂੰਹ ਬੰਨੇ ਹੋਏ ਸੀ। 1 ਵਜੇ ਤੋਂ ਲੈ ਕੇ 1:10 ਤੱਕ ਅਸੀਂ ਸੀਸੀ ਫੁਟੇਜ ਦੇਖੇ ਆ ਬੈਕ ਸਾਈਡ, ਚਮਨ ਲਾਲ ਝਿੰਮ ਦੇ ਰਾਤੀ 1 ਵਜੇ ਹੋਈ ਸਾਰਾ ਕੰਮ, 1 ਵਜੇ ਤੋਂ ਲੈ ਕੇ 1:08 ਤੱਕ। ਗੱਲ ਹੁਣ ਤੁਹਾਡੇ ਸਾਹਮਣੇ ਹੀ ਆ, ਸਾਨੂੰ ਤਾਂ ਅਸੀਂ ਲੱਗੇ ਹੋਏ ਸੀ ਫੰਕਸ਼ਨ ਤੇ, ਅਸੀਂ ਸਵੇਰੇ 10:30 ਆਏ ਆ ਘਰੀ, ਤੇ ਦੇਖਿਓ ਬਾਹਰ ਸਾਰਾ ਕੁਛ ਕੱਟਿਆ ਕੁੱਟਿਆ ਪਿਆ ਸੀ, ਤਾਲਾ ਵੀ ਬਾਹਰ ਗਿਰਿਆ ਹੋਇਆ ਸੀ, ਤੇ ਉੱਧਰ ਖਿੜਕੀ ਦੇ ਥਰੂ ਹੋ ਕੇ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਆਪਣੀ। ਇਹ
ਦੇਖੋ ਹਲੇ ਫਿੰਗਰਪ੍ਰਿੰਟ ਹੋਣੇ ਆ ਤੇ ਉਹ ਤੇ ਬਾਅਦ ਹੀ ਅਸੀਂ ਟੱਚ ਕਰ ਸਕਦੇ ਆ, ਬਟ ਜਿੱਥੇ ਕਾ ਅੰਦਾਜ਼ਾ ਹੈਗਾ ਕੁਛ ਵੀ ਨਹੀਂ ਹੈਗਾ ਅੰਦਰ। ਭਾਂਡੇ ਤੱਕ ਵੀ ਕੈਸ਼ ਵੀ ਹੈਗਾ ਸੀਗਾ, ਭਾਂਡੇ ਵੀ ਹੈਗੇ ਸੀ, ਬੇਟੀ ਦੀ ਅੰਗੇਜਮੈਂਟ ਹੋਈ ਹੋਈ ਆ, ਮੈਰਿਜ ਦੀ ਤਿਆਰੀ ਕਰ ਰਹੇ ਆ, ਕੱਪੜੇ ਵਗੈਰਾ ਵੀ ਨਹੀਂ ਛੱਡ ਕੇ ਗਏ ਹੈਗੇ, ਸਭ ਕੁਛ ਲੈ ਗਏ ਆ। ਮੰਦਿਰ ਦੇ ਵਿੱਚ ਵੀ 2-2 ਹਜ਼ਾਰ ਰੁਪਇਆ ਪਿਆ ਸੀਗਾ, ਉਹ ਵੀ ਲੈ ਗਏ ਚੁੱਕ ਕੇ। ਗਹਿਣਾ ਗੁਣਾ ਵੀ ਸੀ ਕੋਈ? ਸਭ ਕੁਛ ਹੈਗਾ ਸੀਗਾ ਜੀ, ਹੁਣ ਦੇਖੋ ਟੱਚ ਕਰਾਂਗੇ, ਉਹ ਤੇ ਬਾਅਦ ਹੀ ਮੈਂ ਅਪਰੂਵ ਕਰ ਸਕਦੀ ਹਾਂ ਫਾਈਨਲ ਵੀ ਕੀ ਲਿਆ ਗਿਆ, ਬਟ ਹੈ ਨੀ ਜਿਸ ਹਿਸਾਬ ਨਾਲ ਕੁਛ ਇਹਨੇ ਛੱਡ ਕੇ ਨਹੀਂ ਗਏ ਕੁਛ ਵੀ। ਪੁਲਿਸ ਆਈ ਮੌਕੇ? ਪੁਲਿਸ ਆਈ ਹੈ, ਮੌਕਾ ਦੇਖ ਕੇ ਚਲੀ ਗਈ ਹੈ, ਪਰ ਬਟ ਹੁਣ ਦੇਖਦੇ ਹਾਂ ਪੁਲਿਸ ਕੀ ਕਹਿੰਦੀ ਹੈ, ਜੇ ਨਾ ਕੋਈ ਕਾਰਵਾਈ ਹੋਈ ਤਾਂ ਆਪਾਂ ਸੀਬੀਆਈ